ਸ੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ। ਮੈਂ ਦੀਪਾ ਮੰਡੇਰ ਅਤੇ ਮੇਰੇ ਨਾਲ ਗਗਨਦੀਪ, ਉਹ ਟਰੱਕ ਦੇ ਵਿੱਚ ਬੈਠਾ ਆ। ਆਪ ਸਭ ਨੂੰ ਆਪਣੇ ਯੂਟਿਊਬ ਚੈਨਲ ਟਰੱਕਾਂ ਵਾਲੇ ਉੱਪਰ ਜੀ ਆਇਆਂ ਨੂੰ ਆਖਦੇ ਹਾਂ। ਅਤੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿ ਪਿਛਲੀ ਵਾਰੀ ਵੀਡੀਓ ਅਪਲੋਡ ਕੀਤੀ ਸੀਗੀ ਕੋਕਾ ਹਿੱਲ ਦੀ, ਜਿਹੜੀ ਥੱਲਿਓਂ ਤਾਹਾਂ ਨੂੰ ਚੜ੍ਹਾਈ ਵਾਲੀ ਵੀਡੀਓ ਆ, ਉਹ ਵੀਡੀਓ ਤੁਹਾਡੇ ਨਾਲ ਮੈਂ ਅਸੀਂ ਸ਼ੇਅਰ ਕੀਤੀ ਸੀਗੀ। ਅਤੇ ਇਹ ਜਿਹੜੀ ਵੀਡੀਓ ਇਸ ਦਫਾ ਅਸੀਂ ਪੋਸਟ ਕਰਨ ਲੱਗੇ ਹਾਂ ਚੈਨਲ ਦੇ ਉੱਪਰ, ਇਹ ਵੀਡੀਓ ਆ ਜੀ ਜਿਹੜੀ ਉੱਪਰੋਂ ਥੱਲੇ ਨੂੰ ਆਪਾਂ ਜਿਹੜੀ ਉਤਰਾਈ ਦੇ ਵਿੱਚ ਜਾਣਾ ਆ, ਜਿਹੜੀ ਆਪਾਂ ਇਹਨੂੰ ਡਾਊਨ ਹਿੱਲ ਕਹਿ ਦਿੰਦੇ ਹਾਂ ਇੰਗਲਿਸ਼ ਦੇ ਵਿੱਚ, ਅਤੇ ਉੱਪਰੋਂ ਥੱਲੇ ਨੂੰ ਲੈ ਕੇ ਟਰੱਕ ਜਾਣਾ ਆ। ਅਤੇ ਉਹ ਦਿਖਾਲਦੇ ਹਾਂ ਤੁਹਾਨੂੰ ਇਹ ਕਿੰਨਾ ਖਤਰਨਾਕ ਹੁੰਦਾ ਹੈ ਵਿੰਟਰ ਦੇ ਵਿੱਚ। ਹੁਣ ਤਾਂ ਚਲੋ ਸਮਰ ਆ, ਅਤੇ ਇਹ ਅਸੀਂ ਹੁਣ ਖੜ੍ਹੇ ਹਾਂ, ਜਿਹੜਾ ਬ੍ਰੇਕ ਚੈੱਕ ਲਾਸਟ ਬ੍ਰੇਕ ਚੈੱਕ ਹੈ, ਜਦੋਂ ਆਪਾਂ ਲਵਾਟਾ ਤੋਂ ਬੀ ਸੀ ਦੇ ਵਿੱਚ ਵੜ ਜਾਈਏ ਪੰਜ ਬ੍ਰੇਕ ਚੈੱਕ ਆਉਂਦੇ ਆ। ਅਤੇ ਹੁਣ ਇਹ ਜਿਹੜਾ ਆ ਬ੍ਰੇਕ ਚੈੱਕ, ਇਹ ਪੰਜਵੇਂ ਅਤੇ ਲਾਸਟ ਬ੍ਰੇਕ ਚੈੱਕ 'ਤੇ ਅਸੀਂ ਖੜ੍ਹੇ ਹਾਂ। ਅਤੇ ਬਾਕੀ ਸਾਰੇ ਟਰੱਕ ਇੱਦਾਂ ਆ ਕੇ ਖੜ੍ਹ ਜਾਂਦੇ ਆ, ਉਹ ਦੇਖੋ ਤੁਸੀਂ ਪਿੱਛੇ ਤੱਕ ਰੋ ਖੜ੍ਹੇ ਆ ਸਾਰੇ। ਅਤੇ ਇੱਥੇ ਅਸੀਂ ਹੁਣ ਆਪਣਾ ਪ੍ਰੈਸ਼ਰ ਪ੍ਰੂਸ਼ਰ ਬ੍ਰੇਕਾਂ ਦਾ ਐਂ ਚੈੱਕ ਕਰਕੇ ਸਾਰਾ ਥੋੜ੍ਹੀ ਥੋੜ੍ਹੀ ਮਾਰ ਕੇ ਟਾਇਰਾਂ 'ਤੇ ਤਾਂ ਫਿਰ ਥੱਲੇ ਨੂੰ ਅਤੇ ਸ਼ੁਰੂ ਕਰਨੀ ਆ। ਅਤੇ ਇਹ ਤੁਸੀਂ ਦੇਖ ਲਓ ਬਈ ਕਾਫੀ ਐਲੀਵੇਸ਼ਨ ਦੇ ਉੱਤੇ ਆ, ਅਤੇ ਆ ਇੱਧਰ ਦੇਖੋ ਤੁਸੀਂ ਪਹਾੜ ਸਾਹਮਣੇ ਕਿੰਨਾ ਉੱਚਾ ਪਹਾੜ ਆ ਇਹ, ਅਤੇ ਸਾਰੇ ਬੱਦਲ ਐਨ ਥੱਲੇ ਉਤਰੇ ਪਏ ਆ। ਇਹ ਇੱਧਰ ਥੱਲੇ ਜਿੱਧਰ ਨੂੰ ਉਹ ਟਰੱਕ ਗਿਆ ਆ, ਉੱਧਰ ਨੂੰ ਥੱਲੇ ਨੂੰ ਆਪਾਂ ਉਤਰਨਾ ਆ। ਅਤੇ ਬਾਹਲੀਆਂ ਗੱਲਾਂ ਨਾ ਕਰਦੇ ਹੋਏ ਅਤੇ ਮਿਲਦੇ ਹਾਂ ਆਪਾਂ ਵੀਡੀਓ ਦੇ ਵਿੱਚ। ਹਾਂਜੀ ਲਓ ਜੀ, ਹੁਣ ਆਪਾਂ ਬ੍ਰੇਕ ਚੈੱਕ ਤੋਂ ਸ਼ੁਰੂ ਕਰ ਦਿੱਤਾ ਟਰੱਕ ਨੂੰ ਥੱਲੇ ਚੜ੍ਹਾਈ ਉਤਰਾਈ ਵੱਲ ਨੂੰ ਲੈ ਕੇ ਜਾਣਾ। ਇਹਨੂੰ ਜੀ ਕੋਕਾ ਹਿੱਲ ਕਹਿੰਦੇ, ਕੋਕਾ ਹਿੱਲ ਸਿਆਲ ਦੇ ਵਿੱਚ ਪੂਰੀ ਡੇਂਜਰਸ ਹੁੰਦੀ ਆ ਜੀ। ਅਤੇ ਹੁਣ ਮੂਹਰੇ ਇੱਕ ਸਨੋਅ ਸ਼ੈੱਡ ਆਉਣਾ ਆ ਟਨਲ ਜੀ, ਉਹਦੇ ਤੱਕਰ ਤਾਂ ਉੱਥੇ ਤੱਕਰ ਤਾਂ ਜ਼ਿਆਦਾ ਹੀ ਫਿਰ ਟਰੱਕ ਤੇਜ਼ ਹੋ ਜਾਂਦਾ ਆ। ਅਤੇ ਹੁਣ ਮੈਂ ਸਰਵਿਸ ਬ੍ਰੇਕ ਵੀ ਲਾਉਂਦਾ ਆ ਪੈਡਲ ਵਾਲੀ, ਅਤੇ ਇੰਜਣ ਬ੍ਰੇਕਾਂ ਵੀ 3 ਨੰਬਰ 'ਤੇ ਲਾਈਆਂ ਆ। ਅਤੇ ਲੋਡ ਪੈਣ 'ਤੇ ਫਿਰ ਜਿਹੜੀ ਟ੍ਰੇਲਰ ਬ੍ਰੇਕ ਆ ਉਹ ਵੀ ਵਰਤ ਲਈ ਦੀ ਜੇ ਲੋਡ ਪਵੇ। ਅਤੇ ਇਹ ਹੁਣ ਆਪਾਂ ਥੱਲੇ ਹੀ ਥੱਲੇ ਜਾਣਾ ਆ, ਹੋਪ ਸ਼ਹਿਰ ਤੋਂ ਥੋੜ੍ਹਾ ਜਿਹਾ ਉਰੇ ਤੱਕਰ ਇਹ ਉਤਰਾਈ ਜਿਹੜੀ ਆ ਇਹ ਰੋਡ ਮੁੱਕਦੀ ਆ, ਲਗਭਗ 32-35 ਕਿਲੋਮੀਟਰ ਇਹ ਡਿਸਟੈਂਟ ਇੱਥੋਂ ਹੋ ਜਾਂਦਾ ਆ। ਜਿਹੜੇ ਜ਼ਿਆਦਾ ਭਾਰੇ ਲੋਡ ਆ ਫਿਰ ਉਹ ਸਾਈਡ 'ਤੇ ਹੋ ਜਾਂਦੇ, ਆਪਣਾ ਟਰੱਕ ਕਰ ਲੈਂਦੇ। ਅਤੇ ਆਹ ਦੇਖ ਲਓ ਹੁਣ ਤੁਸੀਂ ਕਿੰਨੀ ਸਪੀਡ ਨਾਲ ਟਰੱਕ ਜਾਂਦਾ ਆ, ਅਤੇ ਜੇ ਇੰਜਣ ਬ੍ਰੇਕਾਂ ਨਾ ਲੱਗੀਆਂ ਹੋਣ ਤਾਂ ਫਿਰ ਤਾਂ ਕਾਬੂ ਨਾ ਆਵੇ। ਆ ਗਈ ਰਨਵੇ ਲੇਨ, ਆ ਜਿਹੜੇ ਪੀਲੇ ਬੋਰਡਾਂ ਦੇ ਕੋਲ ਤਾਹਾਂ ਨੂੰ ਬਣੀਓ ਆ, ਕੋਈ ਬ੍ਰੇਕ ਫੇਲ ਜਾਂ 19-21 ਕੋ ਹੋਈ ਵੇ ਬੰਦਾ ਤਾਂ ਬਣਾਈਆਂ ਵੇ ਟਰੱਕ ਸਿੱਧਾ ਤਾਹਾਂ ਨੂੰ ਹੀ ਫਿਰ ਲੈ ਜਾਣ। ਆ ਟਨਲ ਆ ਗਏ ਜੀ ਸਨੋ ਸ਼ੈੱਡ, ਇੱਥੇ ਤੱਕਰ ਪੂਰਾ ਪਿੱਛੋਂ ਟਰੱਕ ਫਿਰ ਤੇਜ਼ੀ ਨਾਲ ਹੀ ਆਉਂਦਾ ਆ। ਥੋੜ੍ਹਾ ਇੱਦੋਂ ਅੱਗੇ ਜਾ ਕੇ ਫਿਰ ਮਾੜਾ ਜਿਹਾ ਸਪੀਡ ਥੋੜ੍ਹੀ ਜਿਹੀ ਰੋਡ 'ਚ ਥੋੜ੍ਹੀ ਜਿਹੀ ਉਤਰਾਈ ਘੱਟ ਜਾਂਦੀ ਆ। ਸਾਹਮਣੇ ਉਹ ਟਰੱਕ ਦੇਖ ਲਓ ਹੁਣ ਕਿੰਨੀ ਚੜ੍ਹਾਈ ਕਰਕੇ ਹੌਲੀ ਹੌਲੀ ਆਉਂਦੇ ਆ। ਜੋ ਚੜ੍ਹਾਈ ਚੜ੍ਹਨਾ ਜੀ ਉਹਦੇ ਹੀ ਤਾਂ ਫਿਰ ਮੰਨੀਓ ਆ, ਜਿਹੜੇ ਵੀਰ ਇੱਧਰ ਨੂੰ ਚਲਾਉਂਦੇ ਆ ਉਹਨਾਂ ਨੂੰ ਤਾਂ ਪਤਾ ਹੀ ਆ ਇਹਦੇ ਬਾਰੇ। ਜਿਹੜੇ ਮੇਰੇ ਵੀਰ ਨਵੇਂ ਕਿਸੇ ਨੇ ਇੱਧਰ ਨੂੰ ਚਲਾਉਣਾ ਆ ਅਤੇ ਉਹਨਾਂ ਦੀ ਜਾਣਕਾਰੀ ਲਈ ਇਹ ਵੀਡੀਓ ਪੋਸਟ ਕਰਨ ਲੱਗੇ ਅਸੀਂ। ਪਹਿਲਾਂ ਜਿਹੜੀ ਸੀਗੀ ਅਪਹਿਲ ਵਾਲੀ ਅਪਗ੍ਰੇਡ ਵਾਲੀ ਉਹ ਤਾਹਾਂ ਨੂੰ ਜਿਹੜੀ ਚੜ੍ਹਾਈ ਵਾਲੀ ਉਹ ਕੀਤੀ ਸੀ। ਇਹ ਪਾਰਟ 2 ਆ ਜੀ ਕੋਕਾ ਹਿੱਲ ਦਾ, ਇਹ ਡਾਊਨਗ੍ਰੇਡ ਜਿਹੜੀ ਡਾਊਨ ਹਿੱਲ ਹੁਣ ਟਰੱਕ ਜਾਂਦਾ ਹੈ ਉਹ ਆਪਾਂ ਪੋਸਟ ਕਰਨ ਲੱਗੇ ਹਾਂ।
ਔਰ ਸਾਹਮਣੇ ਬ੍ਰੇਕ ਚੈੱਕ ਸਾਹਮਣੇ ਆ ਜਿਹੜਾ ਜੀ ਜਿੱਥੇ ਟਰੱਕ ਖੜ੍ਹੇ ਆ ਚੇਨ ਅਪ ਏਰੀਆ ਜਦੋਂ ਉੱਦਣ ਵੀ ਤੁਹਾਨੂੰ ਇਹ ਪਹਿਲੀ ਵੀਡੀਓ 'ਚ ਵੀ ਦਿਖਾ ਲਿਆ ਸੀ ਜਾਂ ਸਨੋਅ 'ਚ ਫਿਰ ਚੇਨਾਂ ਚੜ੍ਹਦੀਆਂ ਇੱਥੋਂ ਫਿਰ ਟਾਇਰਾਂ ਨੂੰ ਚੇਨਾਂ ਪਾ ਕੇ ਤਾਂ ਫਿਰ ਉੱਤੇ ਨੂੰ ਜਾਂਦੇ ਆ ਆਹ ਸੈਕਿੰਡ ਰਨਵੇ ਲੇਨ ਆਹ ਆ ਜੀ ਇਹ ਆ ਜੀ ਕੋਕਾ ਹਿੱਲ ਦੀ ਜਿਹੜੀ ਉਤਰਾਈ ਆ ਇਹ ਵਿੰਟਰ ਦੇ ਵਿੱਚ ਸਨੋਅ ਦੇ ਟਾਈਮ ਦਾ ਜੀ ਇਹ ਚਾਹੇ ਅਪ ਡਾ ਅਪ ਹਿੱਲ ਤਾਹਾਂ ਨੂੰ ਆਉਂਦੇ ਤਾਂ ਚਾਹੇ ਥੱਲੇ ਨੂੰ ਜਾਂਦੇ ਹਾਂ ਇਹ ਦੋਨੇ ਪਾਸਿਆਂ ਨੂੰ ਫਿਰ ਡੇਂਜਰਸ ਆ ਅਤੇ ਆਹ ਗਰਮੀਆਂ ਨੂੰ ਤਾਂ ਚਲੋ ਹੁਣ ਠੀਕ ਆ ਇੰਨਾ ਰੋਡ ਸਹੀ ਆ ਕੋਈ ਸਨੋਅ ਨਹੀਂ ਨਾ ਮੀਂਹ ਪਿੱਛੇ ਪਿਆ ਸੀ ਹੁਣ ਤਾਂ ਮੀਂਹ ਵੀ ਨਹੀਂ ਹੈਗਾ ਰੋਡ ਸਹੀ ਆ ਸੁੱਕਾ ਆ ਕੋਈ ਇੱਦਾਂ ਦਾ ਚੱਕਰ ਨਹੀਂ ਪਰ ਜਦੋਂ ਸਨੋਅ ਦੇ ਵਿੱਚ ਫਿਰ ਹੱਦੋਂ ਵੱਧ ਬ੍ਰੇਕਾਂ ਲਾਈਆਂ ਵੀ ਫਿਰ ਇਹਦੇ 'ਤੇ ਮਾੜੀਆਂ ਆ ਅਤੇ ਉਹ ਬੰਦੇ ਨੂੰ ਆਪਣੇ ਹਿਸਾਬ ਨਾਲ ਹੀ ਫਿਰ ਬੰਦੇ ਦਾ ਦਿਮਾਗ ਇਹ ਉੱਦਾਂ ਚੱਲਣ ਲੱਗ ਪੈਂਦਾ ਵੀ ਕਿੱਥੇ ਕੁ ਟਰੱਕ ਨੇ ਕਾਬੂ ਆਉਣਾ ਆ ਵੀ ਪ੍ਰੈਸ਼ਰ ਆਪਣੇ ਪੈਡਲ ਬ੍ਰੇਕ ਲਾਈਏ ਜਾਂ ਟ੍ਰੇਲਰ ਬ੍ਰੇਕ ਲਾਉਣ ਦੀ ਲੋੜ ਆ ਜਾਂ ਇੰਜਣ ਬ੍ਰੇਕ ਕਿੰਨੇ ਨੰਬਰ 'ਤੇ ਰੱਖੀਏ ਉਹ ਆਪਣੇ ਫਿਰ ਬੰਦੇ ਦਾ ਆਪਣੇ ਆਪੇ ਦਿਮਾਗ ਉੱਥੇ ਫਿਰ ਸੈੱਟ ਹੋ ਜਾਂਦਾ ਆ ਅਤੇ ਇਹ ਹੁਣ ਹਾਲੇ ਆਪਾਂ ਕਾਫੀ ਥੱਲੇ ਨੂੰ ਜਾਣਾ ਆ ਸਾਰੀ ਉਤਰਾਈ ਉਤਰਾਈ ਥੱਲੇ ਨੂੰ ਜਾਈ ਜਾਣਾ ਆ ਇਹ ਹੋਪ ਸ਼ਹਿਰ ਆਉਂਦਾ ਆ ਹੋਪ ਸ਼ਹਿਰ ਤੋਂ 5-7 ਕਿਲੋਮੀਟਰ ਪਿੱਛੇ ਇਹ ਜਾਣੀ ਜਿਹੜੀ ਇਹ ਡਾਊਨ ਹਿੱਲ ਆ ਇਹ ਖਤਮ ਹੁੰਦੀ ਆ ਅਤੇ ਹੁਣ ਵੀ ਆ ਬ੍ਰੇਕਾਂ ਇੰਜਣ ਬ੍ਰੇਕਾਂ 3 ਨੰਬਰ 'ਤੇ ਹੀ ਆ ਅਤੇ ਹੁਣ ਵੀ ਟਰੱਕ 100 ਦੀ ਸਪੀਡ 'ਤੇ ਹੱਲੇ ਜਾਂਦਾ ਅਤੇ ਜੇ ਉਹ ਨਾ ਬ੍ਰੇਕਾਂ ਲਾਈਆਂ ਹੋਣ ਫਿਰ ਤਾਂ ਇਹ 110-115 'ਤੇ ਆਪੇ ਨੱਠ ਜਾਂਦਾ ਆ 19 ਸਪੀਡ 'ਤੇ ਨੱਠ ਕੇ ਚੱਲ ਜਾਂਦਾ ਆ ਮੈਰਿਟ ਸ਼ਹਿਰ ਦੇ ਕੋਲ ਜਿਹੜਾ ਚੌਥਾ ਬ੍ਰੇਕ ਚੈੱਕ ਹੈ ਜਦੋਂ ਉੱਥੋਂ ਆਪਾਂ ਇੱਧਰ ਨੂੰ ਵੈਨਕੂਵਰ ਵੱਲੋਂ ਆਈਏ ਮੈਰਿਟ ਸ਼ਹਿਰ ਵੱਲੋਂ ਉਹ ਵੀ ਥੱਲੇ ਨੂੰ ਚੰਗੀ ਹੈਗੀ ਆ ਡਾਊਨ ਹਿੱਲ ਉਹ ਵੀ ਪੈ ਜਾਂਦੀ ਆ ਅਤੇ ਉਹਨੂੰ ਵੀ ਕੋਕਾ ਦੀ ਭੈਣ ਹੀ ਕਈ ਤਾਂ ਕਹਿੰਦੇ ਹੁੰਦੇ ਵੀਰ ਮੇਰੇ ਕੋਕਾ ਦੀ ਭੈਣ ਆ ਕਹਿੰਦੇ ਉਹ ਅਤੇ ਆਹ ਕੋਕਾ ਤਾਂ ਫਿਰ ਹੈਗੀ ਹੈਗੀ ਆ ਹੁਣ ਇੱਥੋਂ ਜਿੱਥੋਂ ਟਰੱਕ ਆ ਸਾਹਮਣੇ ਆਉਂਦਾ ਬਸ ਇੱਥੋਂ ਥੋੜ੍ਹੀ ਥੋੜ੍ਹੀ ਫਿਰ ਤਾਂ ਸਾਨੂੰ ਉੱਧਰ ਨੂੰ ਚੜ੍ਹਾਈ ਸ਼ੁਰੂ ਹੋ ਜਾਂਦੀ ਆ ਪਿਛਲੀ ਵੀਡੀਓ 'ਚ ਤੁਸੀਂ ਦੇਖਿਆ ਸੀ ਪਾਰਟ 1 ਦੇ ਵਿੱਚ ਅਤੇ ਆ ਸੱਜੇ ਹੱਥ ਫਿਰ ਨਹਿਰ ਚੱਲੀ ਜਾਂਦੀ ਪਾਣੀ ਸਾਫ਼ ਸਨੋਹ ਹੁਣ ਪਿਘਲੀ ਉਹ ਆ ਬੜਾ ਸਾਫ਼ ਪਾਣੀ ਹਰੇ ਰੰਗ ਦਾ ਪਾਣੀ ਹੋ ਗਿਆ ਝੀਲਾਂ ਦੇ ਵਿੱਚ ਵੀ ਅਤੇ ਬਿਊਟੀ ਬਹੁਤ ਆ ਇੱਥੇ ਇਸ ਏਰੀਏ ਦੇ ਵਿੱਚ ਸਾਰੇ ਬਿਊਟੀਫੁੱਲ ਬ੍ਰਿਟਿਸ਼ ਕੋਲੰਬੀਆ ਇਹਨੂੰ ਕਹਿੰਦੇ ਆ ਜੀ ਇਹਨਾਂ ਨੇ ਗੋਰਿਆਂ ਨੇ ਇਹਨੂੰ ਦਿੱਤਾ ਤਕੀਆ ਕਲਾਮ ਜਿੱਦਾਂ ਕਹਿੰਦੇ ਹੁੰਦੇ ਆ ਉਹਦੀ ਪਛਾਣ ਬਣਾਉਣ ਦੇ ਲਈ ਅਤੇ ਟੂਰਿਸਟ ਐਤਕੀ ਘੱਟ ਆ ਨਹੀਂ ਤਾਂ ਸੜਕ ਦੇ ਤਾਂ ਉੱਤੇ ਫਿਰ ਗੱਡੀਆਂ ਦਾ ਪਤਾ ਹੀ ਨਹੀਂ ਲੱਗਦਾ ਕਿੰਨੀਆਂ ਕਿੱਥੇ ਲੰਘਦੀਆਂ ਆ ਜਦੋਂ ਟੂਰਿਸਟ ਆਉਂਦੇ ਆ ਸਮਰ ਦੇ ਵਿੱਚ ਅਤੇ ਹੁਣ ਤਾਂ ਕਰੋਨਾ ਦਾ ਕਰਕੇ ਸਾਰਾ ਕੁਛ ਹੀ ਠੱਪ ਹੋਇਆ ਟੂਰਿਸਟ ਏਰੀਏ ਜਿਹੜੇ ਸਭ ਜੋ ਵੀ ਪਾਰਕ ਆ ਸਭ ਬੰਦ ਆ ਹਾਲੇ ਚੇਨ ਔਫ ਏਰੀਆ ਆ ਗਿਆ ਜੀ ਉੱਧਰੋਂ ਥੱਲੇ ਆ ਕੇ ਉੱਤੋਂ ਵੀ ਚੇਨਾਂ ਪੈ ਜਾਂਦੀਆਂ ਬਾਈ ਵੇਲੇ ਤਾਂ ਫਿਰ ਇੱਥੇ ਆ ਕੇ ਫਿਰ ਕਈ ਵੀਰ ਆਪਣੀਆਂ ਚੇਨਾਂ ਲਾਉਂਦੇ ਟਾਇਰਾਂ ਨਾਲੋਂ ਇਹਨੂੰ ਚੇਨ ਔਫ ਏਰੀਆ ਕਹਿੰਦੇ ਐਵੇਂ 3-4 ਕੁ ਟਰੱਕ ਖੜ੍ਹਨ ਲਈ ਇੱਥੇ ਤਾਂ ਥਾਂ ਆ ਸਾਢੇ ਨੌ 10 ਕੁ ਵਜੇ ਉੱਥੇ ਪਹੁੰਚਣਾ ਆ ਜਿੱਥੇ ਲੋਡ ਇਹ ਲਾਉਣਾ ਆ ਅਤੇ 9:30 ਪਹੁੰਚ ਕੇ ਸਾਡਾ 11:30 ਵਜੇ ਲੋਡ ਉੱਧਰੋਂ ਵਾਪਸੀ ਦਾ ਵੀ ਰੈਡੀ ਆ ਅਤੇ ਨਜ਼ਾਰੇ ਵੱਜ ਗਏ ਐਤਕੀ ਤਾਂ ਨਹੀਂ ਤਾਂ 2-3 ਘੰਟੇ ਵਜੇ ਵੇਲੇ ਬੈਠਣਾ ਵੀ ਪੈ ਜਾਂਦਾ ਆ ਅਤੇ ਪਰ ਐਤਕੀ ਤਾਂ ਜਾਂਦਿਆਂ ਨੇ ਅਸੀਂ ਵਾਪਸ ਮੁੜ ਆਉਣਾ ਆ ਅਤੇ ਇੱਥੋਂ ਫਿਰ ਇੱਕਦਮ ਹੀ ਥੱਲੇ ਨੂੰ ਹੋ ਜਾਂਦੀ ਆ ਉਤਰਾਈ ਦੇਖ ਲਓ ਆਹ ਮੋੜ ਜਿਹਾ ਤੋਂ ਆ ਕੇ ਸਾਹਮਣੇ ਬੱਦਲ ਫਿਰ ਉੱਤਰੇ ਹੋ ਜੀ ਅੱਜ ਦੇਖ ਲਓ ਪਹਾੜ ਦੇ ਵਿੱਚ ਸਾਹਮਣੇ ਜਿਹੜੇ ਧੱਬੇ ਜਿਹੇ ਦਿਖਦੇ ਚਿੱਟੇ ਚਿੱਟੇ ਸਾਹਮਣੇ ਉਹ ਬੱਦਲ ਆ ਥੱਲੇ ਉੱਤਰਿਓ ਉੱਤੋਂ ਆਉਂਦੀ ਜਿਹੀ ਨਹੀਂ ਹੈਗੀ ਇਹ ਐਲੀਵੇਸ਼ਨ ਬਹੁਤ ਉੱਚੀ ਹੋ ਜਾਂਦੀ ਆ
ਜਿੱਦਾਂ ਥੱਲੇ ਸਮੁੰਦਰ ਦੇ ਲੈਵਲ ਤੋਂ ਐਂ ਬਹੁਤ ਜ਼ਿਆਦਾ ਉੱਚੀ ਆ ਇਹ ਅਤੇ ਉਹਦੇ ਕਰਕੇ ਫਿਰ ਬੱਦਲ ਇੱਥੇ ਥੱਲੇ ਹੀ ਪਹਾੜਾਂ ਦੇ ਬਰੋਬਰ ਹੀ ਆਏ ਹੁੰਦੇ ਆ ਇੱਥੋਂ ਫਿਰ ਜੀ ਆ 6% ਥੱਲੇ ਨੂੰ ਫਿਰ 3 ਕਿਲੋਮੀਟਰ ਲਈ ਜ਼ਿਆਦਾ ਫਿਰ ਇੱਕਦਮ ਹੀ ਹੋ ਜਾਂਦੀ ਥੱਲੇ ਨੂੰ ਉਤਰਾਈ ਜ਼ਿਆਦਾ ਅਤੇ ਇੱਥੇ ਰਨਵੇ ਲੇਨ ਜਿਹੜੀ ਆ ਤੀਜੀ ਆ ਜਾਣੀ ਆ 3 ਇੱਥੇ ਆ ਬਣੀਆਂ ਆ ਆ ਪੌਲ ਟੱਪ ਦੇ ਨਾਲ ਹੀ ਆਹ ਆ ਯੈਲੋ ਬੋਰਡ ਲੱਗਾ ਆ ਤਾਂ ਜੇ ਕੋਈ ਚੱਕਰ ਪੈ ਜਾਵੇ ਤਾਂ ਇੱਧਰ ਨੂੰ ਫਿਰ ਸਿੱਧਾ ਟਰੱਕ ਜਾਂ ਗੱਡੀ ਕੋਈ ਵੀ ਚੀਜ਼ ਆ ਜਿਹਦੀ ਬ੍ਰੇਕ ਬਰੂਕ ਹੋ ਜਾਵੇ ਇਹ ਜ਼ਿਆਦਾ ਵੱਡੀ ਬਣਾਈ ਉਹ ਤਾਂ ਤੱਕ ਰਹਿਣ ਟਰੱਕ ਫਿਰ ਚੱਲ ਜਾਂਦਾ ਆ ਬਹੁਤ ਕੰਮ ਖਤਰਨਾਕ ਆ ਇਹ ਸਾਹਮਣੇ ਵਿਊ ਦੇਖੋ ਜੀ ਕਿੰਨਾ ਵਧੀਆ ਆ ਪਹਾੜ ਮੂਹਰੇ ਕੋਈ ਕੰਸਟਰਕਸ਼ਨ ਇੱਥੇ ਪੁਲ 'ਤੇ ਚੱਲਦੀ ਆ ਪਿਛਲੀ ਵੀਡੀਓ ਦੇ ਵਿੱਚ ਵੀ ਉਹ ਸੀਗੀ ਤਾਂ ਮੈਨੂੰ ਲੱਗਦਾ ਹਾਲੇ ਵੀ ਚੱਲੀ ਜਾਂਦੀ ਆ ਇੱਥੇ ਹੁਣ ਆਪਾਂ ਸਪੀਡ ਡਾਊਨ ਕਰ ਲੈਣੀ ਆ ਇੱਕ ਲੇਨ ਸਾਹਮਣੇ ਬੰਦ ਆ ਸੱਜੇ ਹੱਥ ਵਾਲੀ ਅਤੇ ਸਪੀਡ ਲਿਮਿਟ 60 ਦੀ ਕੀਤੀ ਉਹ ਇੱਥੇ ਇੱਥੇ ਆ ਕੇ ਫਿਰ ਟਰੱਕ ਥੋੜ੍ਹੇ ਜਿਹਾ ਸਿੱਧੇ ਹੁੰਦੇ ਆ ਪਰ ਹੈਗੀ ਹਾਲੇ ਥੱਲੇ ਤੱਕ ਹੈ ਮੁੱਕੀ ਨਹੀਂ ਹੈਗੀ ਪੁਲ ਦੀ ਕੰਸਟਰਕਸ਼ਨ ਚੱਲਦੀ ਆ ਪੁਲ ਦੇ ਉੱਤੇ ਦੂਜੇ ਪਾਸੇ ਲੈਂਟਰ ਜਿਹਾ ਬਦਲਣ ਲੱਗੇ ਹੋਆ ਕਾਫੀ ਚਿਰ ਦਾ ਬਣਿਆ ਹੁਣ ਪੁਲ ਇਹ ਤਾਂ ਕਰਕੇ ਉਹਦਾ ਉੱਪਰੋਂ ਸਾਰਾ ਢਾਂਚਾ ਸੈੱਟ ਕਰਨ ਲੱਗੇ ਹੋਆ ਹਾਲੇ ਵੀ ਟਰੱਕ ਨਿੱਠਾ ਹੀ ਜਾਂਦਾ ਜੀ ਜੇ ਰੇਸ ਤੋਂ ਪੈਰ ਚੱਕ ਵੀ ਲਈਏ ਆਪੇ ਨਿੱਠਾ ਜਾਂਦਾ ਹਾਲੇ ਵੀ ਐਨ ਜਿੱਥੇ ਪਹਾੜਾਂ ਦੀ ਥੱਲੇ ਜਾੜਿਆ ਉੱਥੇ ਜਾ ਕੇ ਸੜਕ ਐਨ ਸਿੱਧੀ ਹੋਣੀ ਆ ਹੋਪ ਸ਼ਹਿਰ ਜਿਹੜਾ ਉਹ ਲਗਭਗ ਸ਼ੁਰੂ ਹੋ ਹੀ ਜਾਂਦਾ ਜਿੱਥੇ ਜਾ ਕੇ ਖਤਮ ਹੁੰਦੀ ਆ ਫਿਰ Thank you.
ਕਰਦੇ ਹਾਂ ਵੀ ਸਾਨੂੰ ਸਾਰਿਆਂ ਨੂੰ ਵੀਡੀਓ ਇਹ ਪਸੰਦ ਆਊਗੀ। ਸਾਰਿਆਂ ਨੂੰ ਬੇਨਤੀ ਆ ਕਿ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਮੇਰਾ ਵੀ ਸਾਰੇ ਜਣੇ ਚੈਨਲ ਨੂੰ ਜਿਹਨੇ ਸਬਸਕ੍ਰਾਈਬ ਕੀਤਾ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਹੜੇ ਨਵੇਂ ਮੇਰੇ ਵੀਰ ਦੇਖਣ ਵਾਲੇ ਉਹਨਾਂ ਨੂੰ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਤਾਂ ਜੋ ਹੋਰ ਵੀ ਅੱਗੇ ਜਿਹੜੀਆਂ ਅਸੀਂ ਇਸ ਚੈਨਲ ਦੇ ਉੱਤੇ ਵੀਡੀਓ ਅਪਲੋਡ ਕਰਨੀਆਂ ਤੁਸੀਂ ਦੇਖ ਸਕੋ। ਅਤੇ ਜੇ ਜਿੱਦਾਂ ਦੀ ਵੀ ਵੀਡੀਓ ਲੱਗੀ ਸਾਨੂੰ ਕਮੈਂਟਾਂ ਦੇ ਵਿੱਚ ਵੀ ਜ਼ਰੂਰ ਦੱਸਣਾ ਹੈ ਤੁਸੀਂ, ਅਤੇ ਤਾਂ ਜੋ ਅਸੀਂ ਹੋਰ ਆਪਣੀਆਂ ਵੀਡੀਓ ਨੂੰ ਅਗਾਂਹ ਹੋਰ ਨਿਖਾਰ ਲਿਆ ਸਕੀਏ। ਆਪਣੇ ਵੱਲੋਂ ਤਾਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀਡੀਓ ਵਧੀਆ ਬਣਾਈਏ। ਜੇ ਤੁਹਾਨੂੰ ਕੋਈ ਲੱਗਦਾ ਵੀ ਇਸ ਚੀਜ਼ ਦੇ ਉੱਤੇ ਵੀ ਵੀਡੀਓ ਕੋਈ ਬਣਨੀ ਚਾਹੀਦੀ ਉਹ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸੋ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਉਸ ਤਰ੍ਹਾਂ ਦੀ ਵੀਡੀਓ ਵੀ ਬਣਾ ਕੇ ਤੁਹਾਡੇ ਸਾਹਮਣੇ ਲਿਆਈਏ। ਥੱਲੇ ਇਹ ਛੋਟੇ ਹੋ ਗਏ ਆ, ਬੜੇ ਪਹਾੜਾਂ ਦੇ ਵਿੱਚੋਂ ਨਿਕਲ ਆਏ ਆਪਾਂ ਥੱਲੇ। ਹੁਣ ਮੂਹਰੇ ਇਹ ਸਾਰਾ ਥੋੜ੍ਹਾ ਖੋਪ ਸ਼ਹਿਰ ਤੋਂ ਬਾਅਦ ਤਕਰੀਬਨ ਜਦੋਂ ਆਪਾਂ ਡੈਲਟਾ ਦੇ ਵਿੱਚ ਸਰੀ ਦੇ ਵਿੱਚ ਐਂਟਰ ਹੋਣਾ ਉੱਥੇ ਤੱਕਰ ਸਾਰਾ ਹੀ ਇਹ ਸਿੱਧਾ ਹੀ ਰੋਡ ਆ। ਫਿਰ ਅੱਖੀ ਵੱਖੀ ਦੋਨੇ ਪਾਸੇ ਖੇਤੀਬਾੜੀ ਵਾਲਾ ਏਰੀਆ ਆ, ਖੇਤ ਖੂਤ ਲੋਕਾਂ ਦੇ, ਡੈਰੀ ਫਾਰਮ ਆ, ਅਤੇ ਬਲਿਊਬੈਰੀ ਉਹਦੀ ਫਾਰਮਿੰਗ ਜਿਹੜੇ ਕਰਦੇ ਆ ਆਪਣੇ ਪੰਜਾਬੀ ਭਰਾ ਜਾਂ ਗੋਰੇ ਉਹਨਾਂ ਦੇ ਫਾਰਮਿਆਂ ਨਾਲ ਨਾਲ। ਅਤੇ ਇੱਥੋਂ ਬਸ ਆਹ ਤਾਂ ਪਹਾੜੀ ਆ, ਪਹਾੜ ਤੋਂ ਮੂਹਰੇ ਜਾ ਕੇ ਉਹ ਏਰੀਆ ਫਿਰ ਸ਼ੁਰੂ ਹੁੰਦਾ ਆ, ਅਤੇ ਉਹ ਵੀ ਬਹੁਤ ਸੋਹਣਾ ਆ, ਵੱਖ ਵੱਖ ਤਰ੍ਹਾਂ ਦੀਆਂ ਫਸਲਾਂ ਖੇਤਾਂ ਦੇ ਵਿੱਚ, ਅਤੇ ਰੂਹ ਖੁਸ਼ ਹੋ ਜਾਂਦੀ ਦੇਖ ਕੇ। ਇੱਕ ਵਾਰੀ ਤਾਂ ਪੰਜਾਬ ਦਾ ਫਿਰ ਚੇਤਾ ਆ ਜਾਂਦਾ ਆ। ਦੇਖੋ ਸਾਹਮਣੇ ਪਹਾੜ ਦੇ ਉੱਤੇ ਧੁੱਪ ਪੈਂਦੀ ਕਿੰਨਾ ਵਧੀਆ ਲੱਗ ਰਿਹਾ ਆ, ਕੁਦਰਤ ਰੱਬ ਦੀ ਰੂਹ ਖੁਸ਼ ਹੋ ਜਾਂਦੀ ਦੇਖ ਕੇ। ਦੇਖੋ ਪਹਾੜ ਸਾਹਮਣੇ ਕਿੱਡਾ ਭਾਰਾ ਵੱਡਾ ਪਹਾੜ ਆ, ਇਹ ਐਨ ਭਰਿਆ ਪਿਆ ਦਰੱਖਤਾਂ ਦੇ ਨਾਲ, ਇਹ ਕੋਕਾ ਹਿੱਲ ਕਕੂਈ ਹਿੱਲ ਆ ਹਾਈਵੇ ਨੰਬਰ 5, ਅਤੇ ਆਪਣੀ ਸਾਡੀ ਵੀ ਸਾਰੇ ਪੰਜਾਬੀ ਭਰਾਵਾਂ ਦੀ ਕੋਕਾ ਹਿੱਲ ਆ ਇਹ। ਮਿੱਤਰੋ ਇੱਥੇ ਕਰਦੇ ਹਾਂ ਆਪਾਂ ਵੀਡੀਓ ਦੀ ਸਮਾਪਤੀ, ਅਤੇ ਮਿਲਦੇ ਹਾਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ, ਅਤੇ ਨਵੀਂ ਕੋਈ ਵਧੀਆ ਵੀਡੀਓ ਤੁਹਾਡੇ ਲਈ ਪੇਸ਼ ਕਰਾਂਗੇ। ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਰੱਬ ਰੱਖਾ।